पंजाब दे जिला अमृतसर तो एक बहुत ही दुखदायक घटना सामने आई है। अमृतसर दे विच फ्लाईओवर ते एक कार दी मोटरसाइकिल दे नाल टक्कर हो गई, जिस दे विच SGPC दे मुलाजम दी मौत हो गई। आओ सुनदे हां ये सारी घटना किवें वापरी। फ्लाईओवर दे उत्ते ये जिहड़ा वीर दी जिहदी डैथ होई आ ना, ये अपनी ड्यूटी तो जदों आ रहा सी ते ये भी फ्लाईओवर दे तां चढ़िया आउंदा सी ते इधरों एक गड्डी आ रही सी, उहदा नंबर ते हुण मैनूं नहीं आ, जैक्ट याद मरूती सुजुकी वालिआं दी आ। ਅਤੇ ਉਹ ਗੱਡੀ ਨੇ ਜਦੋਂ ਜ਼ਿਆਦਾ ਹੀ ਇਹ ਵੀਰ ਆਪਣੀ ਸਾਈਡ ਆਉਣ ਡਿਆ ਸੀ, ਚਲੋ ਠੀਕ ਆ ਪੁਲ 'ਤੇ ਸਾਰਿਆਂ ਲਈ, ਮਤਲਬ ਉੱਤੇ ਪੀਲੀ ਬੱਸ ਵਾਲਿਆਂ ਦੀ ਮੈਟਰੋ ਉੱਤੇ ਜਿਹੜਾ ਬੰਦਾ ਚੜ੍ਹ ਗਿਆ ਉਹ ਗਲਤੀ ਗਲਤ ਆ, ਉਹਦੇ ਬਾਵਜੂਦ ਵੀ ਇਹ ਆਪਣੀ ਸਾਈਡ ਆਉਣ ਡਿਆ ਬਿਲਕੁਲ ਸਹੀ ਸੀ, ਮੈਂ ਅੱਖੀਂ ਵੇਖਿਆ ਵਾ। ਅਤੇ ਇਹ ਗੱਡੀ ਵਾਲੇ ਓਵਰ ਸਪੀਡ ਜਦੋਂ ਇਹਨਾਂ ਜ਼ਿਆਦਾ ਇੱਕ ਬੰਦੇ ਨੂੰ ਚੁੱਕਤੀ ਆ, ਇੱਧਰੋਂ ਜਿੱਦਾਂ ਠਾਂ ਨੂੰ ਜਾਣ ਦੇ ਰਹੇ ਨਾ, ਸੱਜੇ ਬੰਦੇ ਨੂੰ ਗੱਡੀ ਚੁੱਕੀ ਆ ਅਤੇ ਉਹ ਮੋਟਰਸਾਈਕਲ ਦੇ ਵਿੱਚ ਵੱਜ ਗਈ। ਫਿਰ ਉਹ ਵੱਜੀ ਅਤੇ ਉਹ ਉੱਤੋਂ ਪੁਲ ਦੇ ਉੱਤੋਂ ਥੱਲੇ ਡਿੱਗ ਪਿਆ ਅਤੇ ਜਦੀ ਡਿੱਗਦਿਆਂ ਸਾਰੀ ਮੌਕੇ 'ਤੇ ਮੌਤ ਹੋ ਗਈ ਆ। ਅਤੇ ਇਹ ਆਪਣਾ ਉਦੋਂ ਟਾਈਮ ਹੋਣਾ, ਮੈਨੂੰ ਮਤਲਬ ਦਾਖ ਦੇ ਲਈ 8 ਗੇਟ ਦਾ ਟਾਈਮ। ਗੱਡੀ ਜੰਮੂ ਕਸ਼ਮੀਰ ਦੀ, ਜੰਮੂ ਕਸ਼ਮੀਰ ਦੀ ਗੱਡੀ ਆ, ਨੰਬਰ ਜਿਹੜਾ ਉਹਦਾ ਜੰਮੂ ਕਸ਼ਮੀਰ ਦਾ ਵਾ। ਅਤੇ ਇਹਦੇ ਉੱਤੇ ਪੁੱਲ ਦੇ ਇਹ ਐਕਸੀਡੈਂਟ ਹੋਇਆ। ਗੱਡੀ ਚਾਲਕ ਸਨ ਉਹ ਪਤਾ ਲੱਗਾ ਕਿੱਥੇ, ਉਹ ਨੌਜਵਾਨ ਸੀ ਜਾਂ ਕੋਈ? ਹਾਂ ਨੌਜਵਾਨ ਸੀ ਮੁੰਡਾ, ਗੱਡੀ ਚਲਾਉਣ ਡਿਆ ਵਾ। ਹਾਂਜੀ ਉਹ ਨੌਜਵਾਨ ਸੀ, ਦੋ ਜਣੇ ਸੀ ਉਹਦਾ ਨਾਲ, ਉਹਨਾਂ ਦਾ ਕੋਈ ਪਾਪਾ ਵਾ ਪਿਓ ਪੋਤਿਆ ਦੋਵੇਂ ਜਣੇ। ਮੌਕੇ ਤੋਂ ਫਰਾਰ ਹੋ ਗਏ? ਨਹੀਂ ਮੌਕੇ ਤੋਂ ਬਿਲਕੁਲ ਨਹੀਂ, ਆ ਚੌਂਕੀ ਸਦਰ ਥਾਣਾ ਵਿਜੇ ਨਗਰ ਇੱਥੇ ਬੈਠੇ ਆ ਅਤੇ ਇਹ ਇਹਨਾਂ ਦੇ ਆਈ ਆ ASI ਸਾਹਿਬ ਦੇ ਕੋਲ ਆ, ਕੋਈ ਮੌਕੇ ਤੋਂ ਉੱਥੇ ਉਹ ਆ ਵਕਤ ਪੁਲਿਸ ਦੇ ਕੋਲ ਆ। ਹਾਂ ਗੱਡੀ ਵੀ ਉੱਤੇ ਲੱਗੀ, ਉੱਥੇ ਵੀ ਪੁਲਿਸ ਵਾਲੇ ਖਲੋਤੇ ਆ। ਅਤੇ ਜਿਹਨਾਂ ਦੀ ਮੌਤ ਹੋਈ ਆ ਉਹ ਕੋਈ ਪਤਾ ਲੱਗਾ ਕਿ ਕਿੱਥੋਂ ਦੇ ਸਨ ਜਾਂ ਕਿੰਨੀ ਉਮਰ ਸੀ, ਕੀ ਨਾਂ ਸੀ ਉਹਨਾਂ ਦਾ? ਉਹਨਾਂ ਦਾ ਨਾਂ ਹਰਦੀਪ ਸਿੰਘ ਸਨ, ਉਹ ਵੀਰ ਸਿੰਘ ਸੀ, ਪਿੰਡ ਉਹਨਾਂ ਦਾ ਰਾਏ ਚੱਕ, ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ। ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਨੌਕਰੀ ਕਰਦੇ ਆ ਅਤੇ ਆਪਣੀ ਡਿਊਟੀ ਤੋਂ ਵਾਪਸ ਆ ਰਹੇ ਡਿਊਟੀ ਕਰਕੇ। ਉਮਰ ਕਿੰਨੀ ਸੀ? ਉਮਰ ਉਹਨਾਂ ਦੀ ਕੋਈ ਤਕਰੀਬਨ ਹੁਣ ਐਗਜੈਕਟ ਤਾਂ ਸਾਨੂੰ ਹੁਣ ਪਤਾ ਨਹੀਂ, ਕੋਈ 55 ਹੈ ਨਾ, ਕੋਈ 50-55 ਦੇ 8 ਗੇਟ ਹੋਊਗੀ ਕੋਈ। ਹਾਂ ਘਰਦਿਆਂ ਦੇ ਨਾਲ ਹੋਈ ਆ ਗੱਲ ਉਹਨਾਂ ਦੀ, ਉਹਨਾਂ ਦਾ ਬੇਟਾ ਜਿਹੜਾ ਵਾ ਉਹ ਆ ਰਿਹਾ। ਕੀ ਲੱਗਦਾ ਜਿਹੜੇ ਇਸ ਤਰ੍ਹਾਂ ਜਿਹੜੇ ਅਨਜ਼ਿੰਮੇਵਾਰ ਹੋ ਕੇ ਇਸ ਤਰ੍ਹਾਂ ਗੱਡੀਆਂ ਦੀ ਡਰਾਈਵਿੰਗ ਕਰਦੇ ਆ, ਉਹਨਾਂ ਦੇ ਕਾਨੂੰਨ? ਬਿਲਕੁਲ ਵੇਖੋ ਕਾਨੂੰਨੀ ਕਾਰਵਾਈ ਦੇ, ਚਲੋ ਸਾਰਿਆਂ ਦੇ ਵੇਖੋ, ਆਪਾਂ ਨੂੰ ਪਹਿਲੀ ਗੱਲ ਤਾਂ ਇਹ ਆ ਵੀ ਇਹ ਪੁਲ ਦੇ ਉੱਤੇ ਥੋੜ੍ਹੀ ਜਿਹੀ ਸਖਤਾਈ ਹੋਣੀ ਚਾਹੀਦੀ, ਇਹਦੇ ਉੱਤੇ ਕੋਈ ਜਿਹੜਾ ਵੀ ਆ ਕੋਈ ਜਿੱਦਾਂ ਜੇ ਮੈਟਰੋ ਦਾ ਉਹਦੇ ਉੱਤੇ ਮੈਟਰੋ ਹੀ ਚੜ੍ਹੇ, ਠੀਕ ਆ। ਅਤੇ ਇਸ ਕਰਕੇ ਜੇ ਕੋਈ ਚੜ੍ਹਦਾ ਤਾਂ ਉਹ ਆਪਣੀ ਬੜੀ ਸੂਝ ਬੂਝ ਦੇ ਨਾਲ ਗੱਡੀ ਚਲਾਵੇ, ਇਹਦੇ ਉੱਤੇ ਓਵਰ ਸਪੀਡ ਜਿਹੜੀ ਆ ਉਹ ਤਾਂ ਬਿਲਕੁਲ ਮੌਤ ਦਾ ਘਰ ਆ। ਇਹ ਤਾਂ ਅੱਜ ਇਹਦੇ ਨਾਲ ਹੋਇਆ ਕਿ ਕੱਲ੍ਹ ਨੂੰ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ। ਕੀ ਮੰਗ ਕੀ ਕਰਦੇ ਹੋ? ਮੰਗ ਤਾਂ ਵੇਖੋ ਜੀ, ਜੋ ਇਨਸਾਫ ਆ, ਉਹਨਾਂ ਦੇ ਪਰਿਵਾਰ ਦੀ ਮੌਤ ਹੋਈ ਆ ਅਤੇ ਉਹਨਾਂ ਨੂੰ ਇਨਸਾਫ ਜਿਹੜਾ ਵਾ ਜੋ ਕੁਝ ਆ ਉਹਨਾਂ ਨੂੰ ਮਿਲਣਾ ਚਾਹੀਦਾ ਵਾ। BRT ਦਾ ਉੱਤੇ ਪੋਲ ਆ, ਕ੍ਰਿਸ਼ਨਾ ਦੇ ਸਾਹਮਣੇ ਹੋਇਆ ਉੱਪਰਲੇ ਪਾਸੇ, ਅਤੇ ਜਿਹੜਾ ਮੋਟਰਸਾਈਕਲ ਹੀ ਇੱਧਰੋਂ ਜਾਣ ਡਿਆ ਉੱਪਰ ਨੂੰ ਤਾਂ ਚੜ੍ਹਨ ਡਿਆ, ਗੱਡੀ ਇੱਧਰੋਂ ਡਈ ਆ ਆਪਣਾ ਬਟਾਲਾ ਰੋਡ ਵੱਲੋਂ, ਜਦੋਂ ਵੱਜਾ ਮੋਟਰਸਾਈਕਲ ਦੇ ਨਾਲ ਗੱਡੀ ਵੱਜੀ ਆ ਤਾਂ ਬੰਦਾ ਜਿਹੜਾ ਬੁੜਕ ਕੇ ਥੱਲੇ ਡਿੱਗ ਪਿਆ, ਉਹਨੂੰ ਜਿਹੜਾ ਹੋਸਪਿਟਲ ਲੈ ਗਿਆ। ਰਾਹਗੀਰਾਂ ਨੇ ਦੱਸਿਆ ਵੀ ਉੱਥੇ ਐਕਸੀਡੈਂਟ ਹੋਇਆ ਅਤੇ ਅਸੀਂ ਚੌਂਕੀ ਵਿਜੇ ਨਗਰ ਤੋਂ ਆਏ ਹਾਂ, ਏਰੀਆ ਇਹ ਮਜੀਠਾ ਰੋਡ ਦਾ ਪੈਂਦਾ ਅਤੇ ਮਜੀਠਾ ਰੋਡ ਵਾਲਿਆਂ ਨੂੰ ਕਨਫਰਮ ਕਰ ਦਿੱਤਾ ਵਾ ਉਹ ਆ ਰਹੇ ਆ। ਜਿਹਦੀ ਮੌਤ ਹੋਈ ਉਹਦੀ ਕੋਈ ਹਾਲੇ ਪਛਾਣ ਹੋਈ? ਨਹੀਂ, ਉਹ ਸ਼੍ਰੋਮਣੀ ਕਮੇਟੀ ਵਾਲਾ ਬੰਦਾ ਜਿਹੜਾ ਇੱਥੇ ਆਇਆ ਸੀਗਾ, ਉਹਦੇ ਮਗਰ ਹੀ ਕਿਤੇ ਆਉਣ ਡਿਆ ਸੀਗਾ, ਉਹ ਇੱਥੇ ਖਲੋਤਾ ਸੀਗਾ, ਉਹਨੂੰ ਦੱਸਿਆ ਤਾਂ ਉਹ ਹੋਸਪਿਟਲ ਲਈ ਚਲ ਗਿਆ ਮਗਰ ਹੀ, ਅਤੇ ਮੋਟਰਸਾਈਕਲ 'ਤੇ ਗੱਡੀ ਜਿਹੜੀ ਉਹ ਸਾਡੇ ਇੱਥੇ ਲੱਗੀ ਆ, ਅਤੇ ਜਿਹੜਾ ਗੱਡੀ ਦਾ ਨੰਬਰ ਉਹ ਜੰਮੂ ਕਸ਼ਮੀਰ ਦਾ। ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਉਹ ਕਿੱਥੋਂ ਦੀ ਅਤੇ ਕਿੰਨਾ? ਇਹ ਨੰਬਰ ਜੰਮੂ ਕਸ਼ਮੀਰ ਦਾ, ਉਹ ਲਾ ਕੇ ਭੱਜ ਗਏ ਆ ਗੱਡੀ ਵਾਲੇ ਜਿਹੜੇ, ਉਹ ਚਲ ਗਏ ਆ, ਅਤੇ ਗੱਡੀ ਸਾਡੇ ਕਬਜ਼ੇ 'ਚ ਆ, ਅਤੇ ਮੋਟਰਸਾਈਕਲ ਵੀ ਇੱਥੇ ਲੱਗਾ, ਜਿਹੜੇ ਐਕਸੀਡੈਂਟ ਕਰਨ ਵਾਲੇ ਬੰਦੇ ਜਿਹੜੇ ਉਹ ਭੱਜ ਗਏ ਗੱਡੀ ਲਾ ਕੇ। ਕਿੰਨੀ ਉਮਰ ਹੈ ਜੀ ਮ੍ਰਿਤਕ ਦੀ? ਇਹ ਪਤਾ ਹੀ ਨਹੀਂ ਜੀ, ਸਾਡੇ ਉਹ ਰਾਹਗੀਰ ਜਿਹੜੇ ਥੱਲਿਓਂ ਲੈ ਕੇ ਚੁੱਕ ਕੇ, ਸਾਨੂੰ ਪਤਾ ਨਹੀਂ ਉਹਦੇ ਹੁਣ ਤੱਕ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ। ਕਾਰਵਾਈ ਅਸੀਂ ਮਜੀਠਾ ਰੋਡ ਨੂੰ ਨੋਟ ਕਰਾਇਆ, ਮਜੀਠਾ ਰੋਡ ਵਾਲੇ ਆਉਣਗੇ ਉਹ ਕਾਰਵਾਈ ਕਰਨਗੇ ਜੋ ਵੀ ਉਹਨਾਂ ਦਾ ਏਰੀਆ ਬਣਦਾ, ਅਸੀਂ ਤਾਂ ਸਿਰਫ ਸਾਨੂੰ ਕਿਸੇ ਨੇ ਨੋਟ ਕਰਾਇਆ ਸੀ ਅਤੇ ਇੱਥੇ ਆ ਗਏ ਰਾਹਗੀਰ ਨੇ ਦੱਸਿਆ। ਜਿਹੜੇ ਗੱਡੀ ਵਾਲੇ ਛੱਡ ਕੇ ਗੱਡੀ ਚੱਲ ਗਏ ਆ, ਉਹਨਾਂ ਦੇ ਗੱਡੀ 'ਚੋਂ ਕੋਈ ਕਾਗਜ਼ 'ਚ ਕੋਈ ਡਾਕੂਮੈਂਟ ਕੋਈ? ਉਹ ਚਾਬੀ ਲਾ ਕੇ ਗਏ ਜੋ ਮਜੀਠਾ ਰੋਡ ਵਾਲੇ ਕਾਰਵਾਈ ਕਰਨ। ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼, ਦਾ ਅਫੀਸ਼ੀਅਲ YouTube ਚੈਨਲ।